ਗੁੱਡ ਆਫਟਰਨੂਨ ਸਟੂਡੈਂਟਸ 3rd ਕਲਾਸ ਅੱਜ ਆਪਾਂ ਪੰਜਾਬੀ ਦਾ 3rd ਲੈਸਨ ਸਟਾਰਟ ਕਰਨ ਜਾ ਰਹੇ ਹਾਂ ਜੀਜ਼ਾ ਨਾਮ ਹੈ ਦੁਸ਼ਹਿਰਾ ਬੱਚਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਸ਼ਹਿਰੇ ਦਾ ਤਿਉਹਾਰ ਕਿਉਂ ਅਤੇ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਬੱਚਿਓ ਇਹ ਭਾਰਤ ਵਿੱਚ ਆਪਾਂ ਬਹੁਤ ਸਾਰੇ ਤਿਉਹਾਰ ਮਨਾਉਂਦੇ ਹਾਂ ਜਿਵੇਂ ਦੀਵਾਲੀ ਹੋਲੀ ਲੋਹੜੀ ਈਦ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਉਹਨਾਂ ਵਿੱਚੋਂ ਇੱਕ ਹੈ ਦੁਸ਼ਹਿਰਾ ਦੁਸ਼ਹਿਰੇ ਕੀ ਕਿਹਾ ਜਾਂਦਾ ਹੈ ਬੇਟੇ ਜੋ ਸ਼ਹਿਰੇ ਦੇ ਤਿਉਹਾਰ ਤੇ ਸ਼੍ਰੀ ਰਾਮਚੰਦਰ ਜੀ 라ਵਣ ਨੂੰ ਜਲਾਉਂਦੇ ਆਂ ਕਿਉਂ ਜਲਾਉਂਦੇ ਆਂ ਕਿਉਂਕਿ ਜਿਹੜੇ ਸ਼੍ਰੀ ਰਾਮਚੰਦਰ ਸੀ ਉਹਨਾਂ ਦੀ ਪਤਨੀ ਸੀਤਾ ਨੂੰ 라ਵਣ ਜ਼ਬਰਦਸਤੀ ਖਿੱਚ ਕੇ ਆਪਣੇ ਨਾਲ ਲੰਕਾ ਲੈ ਗਿਆ ਸੀ ਤਾਂ ਰਾਮ ਜੀ ਨੇ ਉਹਨਾਂ ਨੂੰ ਛੁੜਾਉਣ ਵਾਸਤੇ 라ਵਣ ਨੂੰ ਮਾਰਿਆ ਤੇ ਉਸਾ ਉਸੇ ਭਰਾ ਕੁੰਭਕਰਨ ਅਤੇ ਉਸ ਦੇ بیٹے ਮੇਘਨਾਦਾਂ ਨੂੰ ਵਧ ਕਰਕੇ ਉਹਨਾਂ ਨੂੰ ਜਲਾ ਦਿੱਤਾ ਸੀ ਇਸੇ ਕਰਕੇ ਬੇਟੇ ਉਦ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਤਿਉਹਾਰ ਬਹੁਤ ਹੀ ਤੁਮ ਤਮਨਲ ਬਣਾਇਆ ਜਾਂਦਾ ਹੈ ਇਸ ਤਿਉਹਾਰ ਤੇ ਬੱਚੇ ਮੇਲਾ ਲੱਗਦਾ ਹੈ ਇਹ ਲੈਸਨ ਬੱਚੇ ਤੁਸੀਂ ਆਪਣੀ ਬੁੱਕ ਵਿੱਚੋਂ ਬੜੇ ਹੀ ਧਿਆਨ ਨਾਲ ਪੜ੍ਹਨਾ ਹੈ ਇਸ ਤਿਉਹਾਰ ਤੇ ਮੇਲੇ ਲੱਗਦੇ ਹਨ ਲੋਕ ਅਲੱਗ-ਅਲੱਗ ਥਾਵਾਂ ਤੇ ਜਾ ਕੇ ਰਾਵਣ ਦੇ ਪੁੱਤਰੇ ਨੂੰ ਫੂਕਦੇ ਹੋਏ ਦੇਖਦੇ ਹਨ ਰਾਵਣ ਦੇ ਪੁਤਲੇ ਦੇ ਅੰਦਰ ਬੰਬ ਪਾਏ ਜਾਂਦੇ ਹਨ ਬੱਚੇ ਬਹੁਤ ਹੀ ਖੁਸ਼ੀ ਨਾਲ ਰਾਵਣ ਦੇ ਦਹਨ ਨੂੰ ਦੇਖਦੇ ਹਨ ਬਚਿਓ ਰਾਵਣ ਨੂੰ ਜਦੋਂ ਜਲਾਇਆ ਜਾਂਦਾ ਹੈ ਤਾਂ ਕਹਿੰਦੇ ਆ ਕਿ ਬੁਰਾਈ ਦਾ ਅੰਤ ਹੋ ਗਿਆ ਕੀ ਸੱਚੀ-ਮੁੱਚ ਬੁਰਾਈ ਦਾ ਅੰਤ ਹੋ ਜਾਂਦਾ ਹੈ ਦੱਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਝੂਠ ਤੋਂ ਬਾਅਦ ਝੂਠ ਦੀ ਕਦੇ ਜਿੱਤ ਨਹੀਂ ਹੁੰਦੀ ਹਮੇਸ਼ਾ ਸੱਚਾਈ ਦੀ ਹੀ ਜਿੱਤ ਹੁੰਦੀ ਹੈ ਤਾਂ ਰਾਵਣ ਇੱਕ ਬੁਰਾ ਰਾਜਾ ਸੀ ਲੇਕਿਨ ਉਹ ਬਹੁਤ ਹੀ ਵੱਡਾ ਵਿਦਵਾਨ ਵੀ ਸੀ रावण जी ने राम जी ने रावण ਦਾ ਵਧ ਕਰਕੇ ਇੱਕ ਪਾਪੀ ਦਾ ਨਾਸ਼ ਕਰਿਆ ਲੇਕਿਨ ਉਹਨਾਂ ਨੇ ਬਾਅਦ ਵਿੱਚ 라वण ਨੂੰ ਇੱਕ ਮਹਾਨ ਯੋਧਾ ਮਹਾਨ ਵਿਦਵਾਨ ਦੇ ਨਾਮ ਤੋਂ ਵੀ ਬੁਲਾਇਆ ਸੀ ਤੇ ਉਸਾ ਉਸੇ ਮੁਕਤੀ ਕੀਤੀ ਸੀ थैंक यू बेटा